ਸਲਾਮ ਜੀ। ਮੇਰਾ ਨਾਮ ਜਵੇਦ ਮਸੀਹ ਆ, ਮੈਂ ਤਰਬੇਲੇ ਤੋਂ ਆਇਆ। ਇੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਸੀ ਤੇ ਉਹਨਾਂ ਨੇ ਮੈਨੂੰ ਹਕੀਮ ਸਾਹਿਬ ਦਾ ਪਤਾ ਦੱਸਿਆ ਤੇ ਮੈਂ ਇੱਥੋਂ ਇਲਾਜ ਕਰਾਇਆ। ਮੈਂ ਰਿਪੋਰਟ ਜਿਹੜੀ ਕਰਾਈ ਮੇਰੀ ਬਿਲਕੁਲ ਨਾਰਮਲ ਰਿਪੋਰਟ ਆਉਂਦੀ ਪਈ ਆ, ਉਹ ਵੀ ਮੇਰੇ ਜਿਹੜੇ ਜੋ ਟੈਸਟ ਜਿਹੜੇ ਬਿਲਕੁਲ ਨਾਰਮਲ ਆਉਂਦੇ ਪਏ ਆ। ਹਕੀਮ ਸਾਹਿਬ ਦਾ ਹਮ ਸ਼ੁਕਰੀਆ ਅਦਾ ਕਰਦੇ ਹਾਂ, ਬਹੁਤ ਅੱਛਾ। ਹਕੀਮ ਸਾਹਿਬ ਦਾ ਨਾਮ ਕੀ ਹੈ? ਅਬਦਰਜ਼ਾਕ। ਹਕੀਮ ਪ੍ਰੋਫੈਸਰ ਅਬਦਰਜ਼ਾਕ। ਹਕੀਮ ਪ੍ਰੋਫੈਸਰ ਯਾਰ। ਅੱਛਾ, ਉਰਦੂ ਪੜ੍ਹ ਲੈਂਦੇ ਹੋ? ਨਹੀਂ ਯਾਰ। ਅੱਛਾ, ਠੀਕ ਹੈ। ਅੱਛਾ, ਤੇ ਤੁਹਾਨੂੰ ਬਿਮਾਰੀ ਕੀ ਸੀ? ਮੈਨੂੰ ਗੁਰਦਿਆਂ ਦੀ ਬਿਮਾਰੀ ਸੀ। ਅੱਛਾ, ਤੇ ਮੈਂ ਇਸਲਾਮਾਬਾਦ ਚੋਂ ਇਲਾਜ ਕਰਾਇਆ, ਤਰਬੇਲੇ ਤੋਂ ਇਲਾਜ ਕਰਾਇਆ ਤੇ ਫਰਕ ਕਿਤੋਂ ਨਹੀਂ ਪਿਆ। ਉਹ ਕਹਿੰਦੇ ਸੀ ਗੁਰਦੇ ਵਾਸ਼ ਕਰਾਓ ਸਾਰੇ। ਉਸ ਤੋਂ ਬਾਅਦ ਲਾਹੌਰ ਗਿਆ, ਲਾਹੌਰ ਵਾਲੇ ਨੇ ਕਿਹਾ ਗੁਰਦੇ ਵਾਸ਼ ਕਰਾਓ, ਕੋਈ ਪਾ ਦੇ ਆ ਕੇ ਜਰਨਲ ਹੀ ਗਏ ਸੀ, ਉੱਥੇ ਗਏ ਸੀ ਤੇ ਲੈਟ ਵੀ ਗਏ। ਉਹਨਾਂ ਨੇ ਜਵਾਬ ਦੇ ਦਿੱਤਾ, ਉਹਨਾਂ ਕਿਹਾ ਗੁਰਦੇ ਵਾਸ਼ ਕਰਾਓ। ਖੀਰੀ ਵੀ ਇੱਥੇ ਹਕੀਮ ਸਾਹਿਬ ਕੋ ਆਏ, ਇਹਨਾਂ ਨੇ ਫਿਰ ਸਾਨੂੰ ਦਵਾਈ ਦੋ ਤਿੰਨ ਮਹੀਨੇ ਦਵਾਈ ਖਾਧੀ। ਮੈਂ ਉਹਨੂੰ ਬੜਾ ਸੋਹਣਾ ਠੀਕ ਠਾਕ ਤੁਰਿਆ ਫਿਰਦਾ, ਬਿਹਤਰ ਆ ਮਹਿਸੂਸ ਕਰਦਾ ਵੀ। ਉੱਚੀ ਬੋਲਿਓ। ਇਹਨਾਂ ਨੂੰ ਤੁਹਾਨੂੰ ਕਿਹਨਾਂ ਨੇ ਦੱਸਿਆ ਸੀ? ਸਾਡੇ ਰਿਸ਼ਤੇਦਾਰ ਖੁਰਿਆਂ 'ਚ ਰਹਿੰਦੇ। ਅੱਛਾ, ਉਹਨਾਂ ਦੱਸਿਆ ਤੇ ਫਿਰ ਇੱਥੇ ਆਏ। ਸਹੀ। ਹਾਂਜੀ, ਤੁਹਾਨੂੰ ਕਿੰਨੀ ਦੇਰ ਹੋ ਗਈ ਇਲਾਜ ਕਰਾਉਂਦੇ? ਤਿੰਨ ਕੁ ਮਹੀਨੇ ਹੋ ਗਏ। ਦੋ ਤਿੰਨ ਮਹੀਨੇ? ਦੋ ਤਿੰਨ ਮਹੀਨੇ ਹੋ ਗਏ ਜੀ। ਇਹਨਾਂ ਦਾ ਨਾਮ ਕੀ ਹੈ? ਵਿਲੀਅਮ ਸੀ। ਹੈਂ? ਵਿਲੀਅਮ ਸੀ। ਸਹੀ, ਠੀਕ ਹੈ। ਇਹ ਤੁਹਾਡੇ ਕੀ ਲੱਗਦੇ ਨੇ? ਭਾਣਜੇ ਮੇਰੇ। ਸਹੀ, ਠੀਕ ਹੈ। ਹੁਣ ਇਸ ਟਾਈਮ ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਬਿਹਤਰ ਮਹਿਸੂਸ ਕਰਦਾ ਪਿਆ, ਬਿਮਾਰੀ ਮੇਰੀ ਬਿਲਕੁਲ ਸੈੱਟ ਹੋ ਗਈ ਆ ਤੇ ਕਾਫੀ ਹੁਣ ਬਿਹਤਰ ਮਹਿਸੂਸ ਕਰਦਾ ਪਿਆ। ਖਾਣਾ ਪੀਣਾ, ਜੋ ਖਾਣਾ ਮੇਰਾ ਹਜਮ ਹੁੰਦਾ ਪਿਆ, ਪਹਿਲਾਂ ਉਲਟੀ ਆ ਜਾਂਦੀ ਸੀ, ਹਕੀਮ ਸਾਹਿਬ ਨੇ ਦਵਾਈਆਂ ਦਿੱਤੀਆਂ, ਮੈਂ ਬਿਲਕੁਲ ਸੈੱਟ ਹੋ ਗਿਆ। ਅੱਛਾ, ਕਾਫੀ ਬਿਹਤਰ ਆ। ਹਾਂਜੀ, ਠੀਕ ਹੈ। ਹੁਣ ਹਕੀਮ ਸਾਹਿਬ ਕਹਿੰਦੇ ਕੋਈ 10-15 ਦਿਨ ਦੀ ਹੋਰ ਦਵਾਈ ਕਰੋ ਤੇ ਬਿਲਕੁਲ ਬਿਲਕੁਲ ਸੈੱਟ ਹੋ ਜਾਓਗੇ ਤੁਸੀਂ, ਨਾਰਮਲ ਹੁਣ ਹੋ ਗਏ ਬਿਲਕੁਲ। ਠੀਕ ਹੈ। ਉਹ ਫਿਰ ਆਵਾਜ਼ ਨਹੀਂ ਆਉਂਦੀ ਸਰ। ਠੀਕ ਹੈ। ਹੁਣ ਅੱਜ ਤੁਸੀਂ ਕਿਸ ਤਰ੍ਹਾਂ ਆਏ ਹੋ? ਅੱਜ ਵੀ ਮੈਂ ਬਿਮਾਰ ਥੋੜ੍ਹਾ ਜਿਹਾ ਹੋਇਆ ਸੀ ਤੇ ਉਹ ਬੁਖਾਰ ਜਿਹਾ ਹੋਇਆ ਤੇ ਦਵਾਈ ਲੈਣ ਆਇਆ ਹਕੀਮ ਸਾਹਿਬ ਹੁਣ। ਅੱਛਾ, ਤੁਸੀਂ ਕੋਈ ਰਿਪੋਰਟਾਂ ਕਰਵਾਈਆਂ ਨੇ? ਰਿਪੋਰਟਾਂ ਸਾਰੀਆਂ ਨਾਰਮਲ ਆਉਂਦੀਆਂ, ਮੈਂ ਜੋ ਵੀ ਹੁਣ ਕਰਾਉਂਦੇ ਨਵੀਂ ਰਿਪੋਰਟ ਨਾਰਮਲ ਆਉਂਦੀ ਪਈ। ਦੁਬਾਰਾ ਦੁਬਾਰਾ? ਅੱਛਾ, ਰਿਪੋਰਟਾਂ ਦਿਖਾਓ ਕਿੱਥੇ? ਇਹ ਸਾਹਮਣੇ। ਠੀਕ ਹੈ, ਹਾਂਜੀ, ਚਲੋ ਸਹੀ ਹੈ। ਦੂਸਰੇ ਪਾਸੇ? ਹਾਂ ਹਾਂ, ਆਹ ਪਾਸਾ ਮੇਰੇ ਵੱਲ ਨੂੰ ਕਰੋ। ਠੀਕ ਹੈ, ਥੋੜ੍ਹੀ ਜਿਹੀ ਹੋਰ ਚੈੱਕ ਕਰੋ। ਅੱਛਾ, ਹੁਣ ਜਿਹੜੀ ਤੁਸੀਂ ਦਵਾਈ ਖਾ ਰਹੇ ਹੋ, ਹਾਂਜੀ, ਉਹਦੇ ਨਾਲ ਤੁਹਾਨੂੰ ਕਿੰਨੀ ਤਵੱਕੋ ਆ ਕਿ ਮੈਂ ਬਿਲਕੁਲ ਠੀਕ ਹੋ ਜਾਵਾਂਗਾ? ਬਿਲਕੁਲ ਹੋ ਹੀ ਗਏ ਆ, ਜ਼ਿਆਦਾ ਤਵੱਕੋ ਕਾਹਦੀ ਆ। ਵੈਰੀ ਗੁੱਡ, ਬਿਲਕੁਲ ਹੋ ਗਏ ਹੁਣ। ਅੱਛਾ, ਤੁਸੀਂ ਡਾਕਟਰ ਸਾਹਿਬ ਦਾ, ਪ੍ਰੋਫੈਸਰ ਹਕੀਮ ਰਜ਼ਾਕ ਸਾਹਿਬ ਦਾ ਕੋਈ ਸ਼ੁਕਰੀਆ ਅਦਾ ਕਰਨਾ ਚਾਹੋ ਆਪਣੇ ਅਲਫਾਜ਼ ਵਿੱਚ? ਸ਼ੁਕਰੀਆ ਅਦਾ ਸੀ, ਬਹੁਤ ਤਾਬੇਦਾਰ ਇਸ ਦੇ ਬੰਦੇ ਦੇ, ਕਿਹੜਾ ਸਾਡਾ ਇਲਾਜ ਲਿਆ, ਮਰਨ ਤੋਂ ਬਚਾਇਆ ਇਹਨੇ। ਅੱਛਾ, ਬਹੁਤ ਸ਼ੁਕਰੀਆ ਅਦਾ ਕਰਦੇ ਸੀ ਭਾਜੀ ਇਸ ਦਾ। ਜਿਹੜੇ ਡਾਕਟਰਾਂ ਕੋਲ ਪਹਿਲਾਂ ਤੁਸੀਂ ਇੱਥੇ ਆਏ ਹੋ, ਉਹਨਾਂ ਨੇ ਤੁਹਾਨੂੰ ਕੀ ਕਿਹਾ ਸੀ ਇਲਾਜ ਵੱਲੋਂ ਇਸ ਮਰਜ਼ ਦੇ? ਉਹਨਾਂ ਕਹਿੰਦੀ ਵਾਸ਼ ਕਰਾਓ ਸਰ, ਉਹ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਇਹਦਾ ਹੋ ਸਕਦਾ। ਤੁਹਾਨੂੰ ਮਸਲਾ ਕਿੰਨੀ ਦੇਰ ਤੋਂ ਸੀਗਾ? ਤਕਰੀਬਨ 5-6 ਸਾਲ ਹੋ ਗਏ। 5-6 ਸਾਲ ਹੋ ਗਏ? ਹਾਂਜੀ। ਅੱਛਾ, ਦਵਾਈਆਂ ਖਾਂਦੇ ਕੋਈ ਤਕਲੀਫ? ਜ਼ਿਆਦਾ, ਬਹੁਤ ਜ਼ਿਆਦਾ ਹੋ ਗਈ ਸੀ, ਹੁਣ ਤਾਂ ਬਹੁਤ ਹੀ ਜ਼ਿਆਦਾ ਹੈ ਸਮਝੋ। ਅੱਛਾ, ਮੰਜੇ 'ਤੇ ਪੈ ਗਏ ਸੀ, ਉੱਥੇ ਨਹੀਂ ਹੁੰਦਾ। ਸਹੀ, ਹਾਂਜੀ। ਜਦੋਂ ਤੁਹਾਨੂੰ ਪੈਗਾਮ ਮਿਲਿਆ ਇਹਨਾਂ ਦਾ, ਉਦੋਂ ਤੁਸੀਂ ਤੁਹਾਨੂੰ ਕੀ ਮਹਿਸੂਸ ਹੋਇਆ ਜਦੋਂ? ਹੌਸਲੇ ਤਾਂ ਸਮਝੋ, ਚਾਰ ਪਾਈ 'ਤੇ ਮੈਨੂੰ ਉਠਾ ਕੇ ਲਿਆਏ ਮੰਜੇ 'ਤੇ ਪਾ ਕੇ। ਅੱਛਾ, 40 ਨਹੀਂ ਹੁੰਦਾ ਸੀ ਮੇਰੇ ਕੋਲ। ਸਹੀ, ਸੋਜਨ ਮੇਰੇ ਬਹੁਤ ਜ਼ਿਆਦਾ, ਪੈਰਾਂ ਦੇ, ਮੂੰਹ, ਹੱਥਾਂ ਦੇ, ਬਿਲਕੁਲ ਸੁੱਜੇ ਸੀ ਪੈਰ ਪੂਰ ਸਾਰੇ ਮੇਰੇ। ਹੁਣ ਬਿਲਕੁਲ ਮੇਰਾ ਜਿਸਮ ਸੈੱਟ ਆ, ਪੇਟ ਵੀ ਸੈੱਟ, ਪੇਟ ਵੀ ਵਧਿਆ ਹੋਇਆ ਸੀ ਮੇਰਾ ਬੜਾ ਜ਼ਿਆਦਾ। ਅੱਛਾ, ਪੇਟ ਵੀ ਨਾਰਮਲ ਹੋ ਗਿਆ ਬਿਲਕੁਲ। ਠੀਕ ਹੈ। ਕਾਲਾ ਜ਼ਲਕਾਨ ਸੀ ਨਾਲ, ਉਹ ਵੀ ਬਿਹਤਰ ਹੋ ਗਿਆ। ਜਿਗਰ ਦੀ ਬਿਮਾਰੀ ਸੀ, ਉਹ ਵੀ ਸਾਰੀ ਬਿਹਤਰ ਹੋ ਗਈ। ਹਾਂਜੀ, ਸਹੀ ਹੈ। ਅਤੇ ਖਾਧਾ ਪੀਤਾ ਕਿਸ ਤਰ੍ਹਾਂ ਜਾਂਦਾ ਹੁਣ ਤੁਹਾਡੇ ਕੋਲ? ਨਹੀਂ, ਹੁਣ ਤਾਂ ਰੋਟੀ ਬੜਾ ਸੋਹਣਾ, ਜੋ ਵੀ ਮੈਂ ਆਪਣਾ ਹਜ਼ਮ ਕਰਦਾ, ਜੋ ਵੀ ਫਲ ਫਲੂਟ ਖਾਣਾ ਜੋ ਵੀ ਹੋਵੇ ਖਾ ਲੈਣਾ। ਹੁਣ ਤੁਹਾਨੂੰ ਖਾਣ ਪੀਣ ਤੋਂ ਬਾਅਦ ਉਸ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ? ਨਹੀਂ ਨਹੀਂ, ਹੁਣ ਨਹੀਂ ਹੁੰਦੀ। ਪਿਸ਼ਾਬ ਤੁਹਾਨੂੰ ਨਾਰਮਲ ਆ ਰਿਹਾ ਜੀ? ਸਹੀ, ਕਦੇ ਤਵੱਕੋ ਹੈਗੀ ਤੁਹਾਨੂੰ ਪਿਸ਼ਾਬ ਦੁਬਾਰਾ ਨਾਰਮਲ ਆਏਗਾ? ਬਿਲਕੁਲ ਜੀ ਨਹੀਂ ਹੁੰਦਾ।
ਪਹਿਲੇ ਤਵੱਕੋ ਸੀਗੀ ਇੱਥੇ ਆਉਣ ਤੋਂ ਪਹਿਲੇ? ਨਹੀਂ ਪਹਿਲੋਂ ਨਹੀਂ ਸੀ, ਪਹਿਲੋਂ ਬਹੁਤ ਮੁਸ਼ਕਿਲ ਪਿਸ਼ਾਬ ਆਉਂਦਾ ਸੀ। ਅੱਛਾ ਹਾਂਜੀ ਠੀਕ ਆ, ਹੁਣ ਤਾਂ ਬਿਲਕੁਲ ਨਾਰਮਲ ਆਉਂਦਾ ਪਿਆ। ਸਹੀ ਹੈ। ਤੇ ਤੁਸੀਂ ਪ੍ਰੋਫੈਸਰ ਹਕੀਮ ਅਬਦੁਲ ਰਜ਼ਾਕ ਸਾਹਿਬ ਵਾਸਤੇ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਸ਼ੁਕਰੀਆ ਅਦਾ ਕਰਦੇ, ਬੱਚਿਆਂ ਦੇ ਤਾਬੇਦਾਰ ਹਾਂ ਜੀ ਇਹਦੇ ਤੇ। ਸਹੀ। Thank you.